हाँ जी किसान वीरो सारे नूं सत श्री अकाल जी, स्वागत है तुहाडा एग्रीकल्चर इन्फॉर्मेशन पंजाबी चैनल च। मैं डॉक्टर गुरमिंदर सिंह बराड़। किसान वीरो हुण जिवें झोना जिहड़ा हैगा आम जिहड़ा हैगा 40-45 दिन दा हो चलिया हैगा है। ते कई थावें किसान वीरां ने जिहड़े हैगे आ कीटनाशक जहरां दी वरतों आ जिहड़ी उह शुरू कर दित्ती आ, जां उलीनाशक जहरां दी स्परे ਜਿਹੜੀ ਸ਼ੁਰੂ ਕਰ ਦਿੱਤੀ ਹੈਗੀ ਆ। ਉਹਦੇ ਬਾਰੇ ਜਿਹੜੀ ਆਪਾਂ ਜਾਣਕਾਰੀ ਸਾਂਝੀ ਕਰਨੀ ਕਿ ਜਿਹੜੀ ਕੀਟਨਾਸ਼ਕ ਜ਼ਹਿਰਾਂ ਨੂੰ ਵਰਤਣ ਸਮੇਂ ਜਿਹੜੀ ਆਪਾਂ ਸਪਰੇ ਕਰਨੀ ਆ, ਉਹਦੇ ਸਪਰੇ ਕਰਨ ਸਮੇਂ ਆਪਾਂ ਕਿਹੜੀਆਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਤਾਂ ਕਿ ਜਿਹੜਾ ਆਪਾਂ ਕੀਟਨਾਸ਼ਕ ਦਾ ਜਾਂ ਉੱਲੀਨਾਸ਼ਕ ਦਾ ਜਿਹੜਾ ਪੂਰਾ ਅਸਰ ਲੈ ਸਕੀਏ। ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਵਾਲਾ ਬਟਨ ਦਬਾ ਲਓ ਤਾਂ ਕਿ ਜਿਹੜੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਜਾਵੇ ਅਤੇ ਆਪਾਂ ਨੂੰ ਵੀ ਜਿਹੜਾ ਫੀਡਬੈਕ ਮਿਲੇ ਅਤੇ ਆਪਾਂ ਜਿਹੜੀ ਹੈਗੀ ਹੋਰ ਨਵੇਂ ਵਧੀਆ ਟੌਪਿਕਾਂ ਦੇ ਉੱਤੇ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਕਿਸਾਨ ਵੀਰੋ, ਜਿਹੜੇ ਨਦੀਨ ਆਪਣੇ ਕੀਟਨਾਸ਼ਕ ਹੈ ਜਾਂ ਜਿਹੜੇ ਹੈਗੇ ਉੱਲੀਨਾਸ਼ਕ ਹੈ, ਇਹ ਸਪਰੇ ਇਹਨਾਂ ਦੀ ਕਰਨ ਦਾ ਵੀ ਜਿਹੜਾ ਹੈਗਾ ਵੱਖਰਾ ਵੱਖਰਾ ਸਮਾਂ ਜਾਂ ਸਟ੍ਰੈਟਜੀ ਹੈਗੀ ਹੈ। ਜਿਹੜਾ ਆਪਾਂ ਕੀਟਨਾਸ਼ਕ ਦੀ ਸਪਰੇ ਕਰਨੀ ਹੈ ਉਹ ਆਪਾਂ ਕਰਨੀ ਹੁੰਦੀ ਆ ਜਦੋਂ ਕੀੜੇ ਦਾ ਅਟੈਕ ਹੋ ਜਾਵੇ ਪਰ ਉਹ ਇਕਨੋਮਿਕ ਥਰੈਸ਼ਹੋਲਡ ਲੈਵਲ ਤੋਂ ਉੱਪਰ ਨਾ ਪਹੁੰਚਿਆ ਹੋਵੇ। ਇਕਨੋਮਿਕ ਥਰੈਸ਼ਹੋਲਡ ਲੈਵਲ ਮਤਲਬ ਕਿ ਆਪਣੀ ਸਪਰੇਅ ਦਾ ਜਿਹੜਾ ਖਰਚਾ ਉਹ ਜਿਹੜੇ ਕੀੜੇ ਦੇ ਨੁਕਸਾਨ ਨਾਲੋਂ ਜ਼ਿਆਦਾ ਨਾ ਹੋਵੇ, ਉਦੋਂ ਤੱਕ ਆਪਾਂ ਸਪਰੇ ਨਹੀਂ ਕਰਨੀ। ਜਦੋਂ ਆਪਾਂ ਨੂੰ ਲੱਗੇ ਕਿ ਆਪਣੇ ਕੀੜੇ ਦਾ ਨੁਕਸਾਨ ਆ ਜਿਹੜਾ ਉਹ ਆਪਣੀ ਸਪਰੇਅ ਨਾਲੋਂ ਜ਼ਿਆਦਾ ਪੈਸਿਆਂ ਦਾ ਹੋ ਰਿਹਾ ਤਾਂ ਉਹਨੂੰ ਕਹਿੰਦੇ ਇਕਨੋਮਿਕ ਥਰੈਸ਼ਹੋਲਡ ਲੈਵਲ, ਉਸ ਲੈਵਲ ਦੇ ਉੱਤੇ ਆਪਾਂ ਜਾ ਕੇ ਸਪਰੇ ਕਰਨੀ। ਉਦਾਹਰਨ ਦੇ ਤੌਰ 'ਤੇ ਜਦੋਂ ਜਿਵੇਂ ਗੋਭ ਦੀ ਸੁੰਡੀ ਦਾ ਹਮਲਾ ਹੁੰਦਾ ਤਾਂ 5% ਗੋਭਾਂ 100 ਮਗਰ 5% ਗੋਭਾਂ ਜੇ ਸੁੱਕੀਆਂ ਹੋਣ ਤਾਂ ਆਪਾਂ ਜਿਹੜੀ ਹੈਗੀ ਹੈ ਤਣੇ ਦੇ ਗੜੂਏ ਦੀਆਂ ਸਪਰੇਆਂ ਕਰਨੀਆਂ ਹੁੰਦੀਆਂ ਨੇ, ਜਾਂ ਜਿਹੜਾ ਹੈਗਾ ਬਾਸਮਤੀ ਹੈ ਇਹਦੇ ਵਿੱਚ 2% ਜਦੋਂ ਗੋਭਾਂ ਸੁੱਕ ਜਾਣ ਤਾਂ ਉਦੋਂ ਆਪਾਂ ਜਿਹੜੀ ਹੈਗੀ ਹੈ ਤਣੇ ਦੇ ਗੜੂਏ ਦੀ ਸਪਰੇ ਕਰਨੀ ਆ, ਜਾਂ ਜਿਹੜਾ ਹੈਗਾ ਕੀਟਨਾਸ਼ਕ ਵਰਤਣੇ ਹੁੰਦੇ ਆ। ਅਤੇ ਜਿਹੜਾ ਜਿਵੇਂ ਟਿੱਡੇ ਆ, ਪੂਰੀ ਪੈਠ ਵਾਲਾ ਜਾਂ ਚਿੱਟੀ ਪੈਠ ਵਾਲਾ ਟਿੱਡਾ, ਜਦੋਂ ਇਹ 5 ਟਿੱਡੇ ਜਿਹੜੇ ਹੈਗੇ ਆ ਪ੍ਰਤੀ ਬੂਟੇ ਆਪਾਂ ਨੂੰ ਨਜ਼ਰ ਆਉਂਦੇ ਆ ਤਾਂ ਇਹ ਆਪਾਂ ਫਿਰ ਸਪਰੇ ਕਰਦੇ, ਇਹਨੂੰ ਕਹਿੰਦੇ ਇਕਨੋਮਿਕ ਥਰੈਸ਼ਹੋਲਡ ਲੈਵਲ। ਇਦੋਂ ਅੱਗੇ ਕਿਸਾਨ ਵੀਰੋ, ਜਿਹੜਾ ਇੱਕ ਆਪਾਂ ਜਿਹੜੀ ਜ਼ਹਿਰ ਵਰਤਣੀ ਆ ਉਹਦਾ ਜਿਹੜਾ ਗਰੁੱਪ ਆਪਾਂ ਨੂੰ ਹਰ ਵਾਰੀ ਇੱਕ ਨਹੀਂ ਵਰਤਣਾ ਚਾਹੀਦਾ, ਇੱਕ ਵਾਰੀ ਆਪਾਂ ਔਰਗੈਨੋਫੋਸਫੇਟ ਗਰੁੱਪ ਕੀਤਾ, ਦੂਜੀ ਵਾਰ ਆਪਾਂ ਜਿਹੜਾ ਹੈਗਾ ਹੋਰ ਗਰੁੱਪ ਬਦਲ ਕੇ ਆਪਾਂ ਨੂੰ ਕਰਨਾ ਚਾਹੀਦਾ ਹਰ ਵਾਰੀ। ਉਦਾਹਰਣ ਦੇ ਤੌਰ 'ਤੇ ਜਿਵੇਂ ਆਪਾਂ ਇੱਕ ਵਾਰ ਜਿਹੜੀ ਹੈਗੀ ਆ ਫੇਮ ਵਰਤ ਲਈ ਜਾਂ ਟਕੂਮੀ ਦੀ ਸਪਰੇ ਕਰ ਲਈ ਆ, ਜਾਂ ਜਿਹੜੀ ਕੋਈ ਦਾਣੇਦਾਰ ਜ਼ਹਿਰ ਵਰਤ ਲਈ ਤਾਂ ਅਗਲੀ ਵਾਰ ਜਿਹੜਾ ਆਪਾਂ ਗਰੁੱਪ ਬਦਲ ਕੇ ਕਰਨਾ ਤਾਂ ਕਿ ਜਿਹੜਾ ਕੀੜਿਆਂ ਦੇ ਵਿੱਚ ਜਿਹੜੀ ਹੈਗੀ ਆ ਸਹਿਣ ਸ਼ਕਤੀ ਜਾਂ ਰਜਿਸਟੈਂਸ ਨਾ ਆਵੇ। ਇਦੋਂ ਅੱਗੇ ਹੈ ਕਿਸਾਨ ਵੀਰੋ, ਜਿਹੜੀ ਪਾਣੀ ਦੀ ਕਿਸਮ ਬਹੁਤ ਜ਼ਰੂਰੀ ਹੈ। ਕਿਸਾਨ ਵੀਰੋ, ਜਿੱਥੇ ਕਿਤੇ ਆਪਾਂ ਖਾਰਾ ਪਾਣੀ ਸਪਰੇ ਵਾਸਤੇ ਵਰਤ ਲਈਏ ਤਾਂ ਉੱਥੇ ਜਿਹੜੀ ਹੈਗੀ ਹੈ ਜ਼ਹਿਰ ਦਾ ਅਸਰ ਆਪਣਾ ਸਹੀ ਨਹੀਂ ਹੁੰਦਾ ਹੈਗਾ, ਕਿਉਂਕਿ ਜਿਹੜੀਆਂ ਹੈਗੀਆਂ ਕੀਟਨਾਸ਼ਕ ਜ਼ਹਿਰਾਂ ਜਾਂ ਉੱਲੀਨਾਸ਼ਕ ਜ਼ਹਿਰਾਂ ਦੀ ਸਪਰੇ ਵਾਸਤੇ pH ਹੈ ਜਿਹੜੀ ਉਹ 7 ਤੱਕ ਮੈਕਸੀਮਮ ਹੋਣੀ ਚਾਹੀਦੀ ਪਾਣੀ ਦੀ, 4.5 ਤੋਂ 7 ਤੱਕ। ਜਿੱਥੇ ਤੱਕ ਖਾਰਾ ਪਾਣੀ ਆਪਾਂ ਜਾਂ ਮਾੜੀ ਕੁਆਲਿਟੀ ਦਾ ਪਾਣੀ ਜਾਂ ਸਾਫ ਪਾਣੀ ਨਾ ਹੋਵੇ ਆਪਾਂ ਸਪਰੇ ਵਾਸਤੇ ਵਰਤ ਲਈਏ ਤਾਂ ਉਹ ਜਿਹੜੀ ਸਪਰੇ ਆਪਾਂ ਨੂੰ ਪੂਰਾ ਅਸਰ ਸਹੀ ਨਹੀਂ ਦਿੰਦੀ ਹੈਗੀ। ਸੋ ਇਹਦੇ ਕਰਕੇ ਜਿਹੜਾ ਲੋਅ pH ਵਾਲਾ ਪਾਣੀ ਹੀ ਵਰਤਣਾ ਚਾਹੀਦਾ ਹੈਗਾ। ਜਿਹੜੀਆਂ ਆਪਦੇ ਤੌਰ 'ਤੇ ਜਿਹੜੀਆਂ ਜ਼ਹਿਰਾਂ ਕੀਟਨਾਸ਼ਕ ਜ਼ਹਿਰਾਂ ਉੱਲੀਨਾਸ਼ਕ ਜ਼ਹਿਰਾਂ ਨੂੰ ਆਪਾਂ ਨੂੰ ਮਿਕਸ ਕਰਨ ਤੋਂ, ਟੈਂਕ ਮਿਕਸ ਜਿਹੜਾ ਆਪਾਂ ਆਪ ਕਰਦੇ ਹਾਂ, ਜਿਹੜੀਆਂ ਮਤਲਬ ਕਿ ਦੋ ਦੋ ਜ਼ਹਿਰਾਂ ਆਪਾਂ ਮਿਕਸ ਕਰਕੇ, ਕਈ ਵਾਰ ਕਿਸਾਨ ਵੀਰ ਆ ਜਿਹੜੇ ਦੇਖਿਆ ਕਿ ਜਿਵੇਂ ਕੋਈ ਕੌਨਫੀਡੋਰ ਦੇ ਵਿੱਚ DDP ਪਾ ਕੇ ਕਰਨ ਲੱਗ ਪੈਂਦਾ, ਜਾਂ ਕੋਈ ਜਿਹੜਾ ਹੈਗਾ ਅਖਟਾਰਾ ਦੇ ਵਿੱਚ ਜਿਹੜੀਆਂ ਹੈਗੀਆਂ ਹੋਰ ਕਲੋਰੋ ਵਗੈਰਾ ਜਾਂ ਕੋਈ ਹੋਰ ਜ਼ਹਿਰਾਂ ਜਿਹੜੀਆਂ ਦੋ ਦੋ ਤਿੰਨ ਤਿੰਨ ਜ਼ਹਿਰਾਂ ਮਿਕਸ ਕਰਕੇ ਟੈਂਕ ਮਿਕਸ ਕਰਕੇ ਸਪਰੇ ਕਰਨ ਲੱਗ ਪੈਂਦੇ, ਉਹ ਨਹੀਂ ਕਰਨੀਆਂ ਚਾਹੀਦੀਆਂ। ਉਹਦੇ ਨਾਲ ਜਿਹੜੇ ਹੈਗੇ ਕੀੜਿਆਂ ਦੇ ਵਿੱਚ ਸਹਿਣ ਸ਼ਕਤੀ ਪੈਦਾ ਹੁੰਦੀ ਅਤੇ ਪੈਸਟਰੀਜ ਸਰਜੈਂਟ ਅਤੇ ਪੈਸਟ ਰਜਿਸਟੈਂਸ ਦੀ ਪ੍ਰੋਬਲਮ ਆਉਂਦੀ, ਉਹਦੇ ਨਾਲ ਕੀਟਾਂ ਦਾ ਜਿਹੜਾ ਹੈਗਾ ਬਾਅਦ 'ਚੋਂ ਆ ਕੇ ਅਟੈਕ ਜ਼ਿਆਦਾ ਹੋ ਜਾਂਦਾ, ਆਪਣਾ ਨੁਕਸਾਨ ਜ਼ਿਆਦਾ ਹੁੰਦਾ। ਅੱਗੇ ਹੈ ਕਿਸਾਨ ਵੀਰੋ, ਕੀਟਨਾਸ਼ਕ ਨੂੰ ਕਦੇ ਵੀ ਜਿਹੜਾ ਖਾਦ ਵਾਲੀ ਜਿਹੜੀ ਹੈਗੀ ਸਪਰੇ ਹੈ ਉਹਦੇ ਨਾਲ ਮਿਕਸ ਕਰਕੇ ਨਾ ਵਰਤੋ। ਉਦਾਹਰਣ ਦੇ ਤੌਰ 'ਤੇ ਜਿਵੇਂ ਜੇ ਆਪਾਂ ਕੋਈ ਜਿਹੜੀ ਕੀਟਨਾਸ਼ਕ ਸਪਰੇ ਕਰਨੀ ਉਹਦੇ ਵਿੱਚ ਜੇ ਆਪਾਂ ਕੋਈ 13-045 ਜਾਂ ਕੋਈ 0-52-34 ਜਾਂ ਕੋਈ ਹੋਰ ਜਿਹੜਾ ਹੈਗਾ ਕੋਈ ਪੋਟਾਸ਼ ਜਾਂ ਕੋਈ DAP ਦਾ ਘੋਲ ਜਾਂ ਯੂਰੀਆ ਦਾ ਘੋਲ ਜਿਹੜਾ ਹੈਗਾ ਵਰਤਣ ਤੋਂ ਗਰੇਜ਼ ਕਰਨਾ ਚਾਹੀਦਾ ਹੈਗਾ ਜੇ ਆਪਾਂ ਸਹੀ ਅਸਰ ਲੈਣਾ ਹੈ ਤਾਂ ਕੀਟਨਾਸ਼ਕਾਂ ਦਾ। ਜਿਹੜਾ ਆਪਾਂ ਟੈਂਕ ਮਿਕਸ ਤੋਂ ਕਿਸਾਨ ਵੀਰੋ ਜਿਹੜਾ ਨੁਕਸਾਨ ਹੁੰਦਾ ਹੈਗਾ ਉਹ ਹੈਗਾ ਕਿ ਜਿਹੜੀ ਕਰੋਪ ਨੂੰ ਇੰਜਰੀ ਵੀ ਹੋ ਸਕਦੀ ਅਤੇ ਆਪਣਾ ਜਿਹੜਾ ਸਪਰੇਆਂ ਦਾ ਅਸਰ ਵੀ ਬਿਲਕੁਲ 0 ਹੋ ਸਕਦਾ। ਸਪਰੇ ਕਰਨ ਸਮੇਂ ਕਈ ਵਾਰ ਕਿਸਾਨ ਵੀਰ ਦੇਖਿਆ ਕਿ ਥੱਲਿਓਂ ਜ਼ਮੀਨ ਜਿਹੜੀ ਸੁੱਕੀ ਪਈ ਹੁੰਦੀ ਉੱਤੇ ਆਪਾਂ ਸਪਰੇ ਕਰ ਦਿੰਦੇ, ਉਹਦੇ ਨਾਲ ਕਈ ਵਾਰੀ ਪੱਤਿਆਂ ਦਾ ਰੰਗ ਵੱਟ ਖਾ ਜਾਂਦਾ ਜਾਂ ਜਿਹੜਾ ਹੈਗਾ ਬੂਟੇ ਆ ਜਿਹੜੇ ਉਹ
ਥੋੜ੍ਹੇ ਕਮਜ਼ੋਰ ਪੈ ਜਾਂਦੇ ਜਾਂ ਜਿਹੜੇ ਹੈਗੇ ਮੁਰਝਾ ਪੱਤੇ ਜਿਹੜੇ ਹੈਗੇ ਉਹਨਾਂ ਦੇ ਲਾਲੀ ਦਿਖਾਉਣ ਲੱਗ ਪੈਂਦੇ ਆ ਜਾਂ ਵੱਟ ਖਾ ਜਾਂਦੇ ਆ। ਸੋ ਜਦੋਂ ਆਪਾਂ ਸਪਰੇ ਕਰਨੀ ਆ ਤਾਂ ਫਸਲ ਦੇ ਵਿੱਚ ਜਿਹੜਾ ਹੈਗਾ ਪਾਣੀ ਦੀ ਘਾਟ ਬਿਲਕੁਲ ਨਹੀਂ ਹੋਣੀ ਚਾਹੀਦੀ। ਕਿਸਾਨ ਵੀਰੋ, ਖੇਤ ਦੇ ਵਿੱਚ ਪਾਣੀ ਲੱਗਿਆ ਹੋਵੇ ਜਾਂ ਜਿਹੜੀ ਜ਼ਮੀਨ ਪ੍ਰੋਪਰ ਮੋਇਸਚਰ ਬੂਟਿਆਂ ਵਾਸਤੇ ਹੋਵੇ ਤਾਂ ਕਿ ਜਿਹੜਾ ਹੈਗਾ ਸਪਰੇ ਦਾ ਅਸਰ ਠੀਕ ਹੋ ਜਾਵੇ ਅਤੇ ਬੂਟਿਆਂ ਦੇ ਉੱਤੇ ਕੋਈ ਸਟ੍ਰੈਸ ਨਾ ਆਵੇ। ਇਦੋਂ ਅੱਗੇ ਹੈ ਕਿਸਾਨ ਵੀਰੋ, ਸਪਰੇ ਕਰਨ ਦਾ ਸਮਾਂ, ਸਪਰੇ ਆਪਾਂ ਨੂੰ ਹਮੇਸ਼ਾ ਠੰਡੇ ਮੌਸਮ ਮਤਲਬ ਠੰਡੇ ਟੈਂਪਰੇਚਰ 'ਚ ਮਤਲਬ ਸਵੇਰੇ ਜਾਂ ਸ਼ਾਮ, ਦਿਨ ਵੇਲੇ ਜਦੋਂ ਗਰਮੈਸ਼ ਹੋਵੇ ਜਾਂ ਟੈਂਪਰੇਚਰ ਹਾਈ ਹੋਵੇ ਉਦੋਂ ਆਪਾਂ ਨੂੰ ਸਪਰੇ ਨਹੀਂ ਕਰਨੀ ਚਾਹੀਦੀ। ਕਿਉਂਕਿ ਜੇ ਆਪਾਂ ਸਵੇਰ ਜਾਂ ਸ਼ਾਮ ਸਪਰੇ ਕਰਾਂਗੇ ਲੋਅ ਟੈਂਪਰੇਚਰ ਤਾਂ ਸਪਰੇ ਦਾ ਵਧੀਆ ਅਸਰ ਮਿਲੂਗਾ ਅਤੇ ਪਲੱਸ ਜਿਹੜੇ ਕੀੜੇ ਮਕੌੜੇ ਵੀ ਉਦੋਂ ਹੀ ਬੂਟਿਆਂ ਦੇ ਉੱਤੇ ਹੁੰਦੇ ਆ। ਜੇ ਦਿਨ ਵੇਲੇ ਸਪਰੇ ਕਰਾਂਗੇ ਤਾਂ ਜਿਹੜੇ ਹੈਗੇ ਆ ਕਈ ਵਾਰ ਜਿਹੜੀਆਂ ਕੋਈ ਸੁੰਡੀਆਂ ਹੁੰਦੀਆਂ ਨੇ ਜਾਂ ਕੋਈ ਪਤੰਗੇ ਹੁੰਦੇ ਨੇ ਜਾਂ ਕੋਈ ਜਿਹੜੇ ਹੈਗੇ ਰਸ ਚੂਸਣ ਵਾਲੇ ਕੀੜੇ ਉਹ ਜਿਹੜੇ ਬੂਟਿਆਂ ਦੇ ਉੱਤੇ ਘੱਟ ਆ ਉਹ ਜਿਹੜੇ ਲੁਕੇ ਛਿਪੇ ਹੁੰਦੇ ਆ ਅਤੇ ਜਿਹੜਾ ਹੈਗਾ ਆਪਾਂ ਨੂੰ ਸਪਰੇ ਦਾ ਅਸਰ ਵੀ ਨਹੀਂ ਮਿਲਦਾ ਅਤੇ ਹਾਈ ਟੈਂਪਰੇਚਰ ਵੀ ਹੁੰਦਾ। ਇਸ ਤੋਂ ਇਲਾਵਾ ਜੇ ਕੋਈ ਤੁਹਾਡਾ ਹੋਰ ਸਵਾਲ ਹੁੰਦਾ ਜਾਂ ਸੁਝਾਅ ਹੁੰਦਾ ਹੈ ਉਹ ਜਿਹੜਾ ਹੈਗਾ ਜ਼ਰੂਰ ਕਰਿਆ ਕਰੋ। ਅਤੇ ਜਿਹੜੀਆਂ ਆਪਾਂ ਪਿੱਛੇ ਵੀਡੀਓ ਪਾਈਆਂ ਨੇ ਜਿਹੜੀਆਂ ਕੋਈ ਸਪਰੇਆਂ ਬਾਰੇ ਜਾਂ 13045 ਦੀ ਸਪਰੇ ਬਾਰੇ ਜਾਂ ਇਹ ਝੋਨੇ ਦੀ ਫੋਟ ਬਾਰੇ, ਉਹ ਜਿਹੜੀ ਵੀਡੀਓ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਜਿਹੜੀਆਂ ਹੈਗੀਆਂ ਚੰਗੀ ਤਰ੍ਹਾਂ ਸੁਣ ਲਿਆ ਕਰੋ ਅਤੇ ਜੇ ਆਪਾਂ ਨੂੰ ਕੁਛ ਨਹੀਂ ਪਤਾ ਲੱਗਦਾ ਫਿਰ ਸਾਰੀ ਵੀਡੀਓ ਸੁਣ ਕੇ ਤਾਂ ਫਿਰ ਆਪਾਂ ਨੂੰ ਜਿਹੜਾ ਕੋਈ ਸਵਾਲ ਜਾਂ ਕਮੈਂਟ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਮੈਂ ਜਿਹੜਾ ਕੋਸ਼ਿਸ਼ ਕਰਦਾ ਹੁੰਦਾ ਹਰੇਕ ਕਿਸਾਨ ਵੀਰ ਦਾ ਅਪਲਾਈ ਕਰਨ ਦਾ, ਪਰ ਕਈ ਵਾਰ ਕਿਸਾਨ ਵੀਰ ਰਹਿ ਜਾਂਦੇ ਹੈਗੇ ਆ ਉਹ ਜਿਹੜੇ ਹੈਗੇ ਆ ਦੁਬਾਰਾ ਜਿਹੜਾ ਸਵਾਲ ਕਰ ਸਕਦੇ ਹੈਗੇ ਆ ਅਤੇ ਤੁਹਾਡਾ